ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਗਾਈਜ਼, ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ। ਬੜਾ ਟਾਈਮ ਹੋ ਗਿਆ ਸੀ, ਅਸੀਂ ਕੋਈ ਵਲੋਗ ਨਹੀਂ ਪਾਇਆ ਸੀਗਾ, ਅਤੇ ਹੁਣ ਅੱਜ ਸੋਚਿਆ ਕਿ ਚਲੋ ਜੀ ਵਲੋਗ ਦੀ ਸਟਾਰਟਿੰਗ ਕੀਤੀ ਜਾਏ। ਰਾਤ ਦੇ ਵੱਜੇ ਨੇ 1 ਔਰ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੈ, ਅਤੇ ਮੈਨੂੰ ਕਰੇਵਿੰਗ ਹੋ ਰਹੀ ਹੈ ਕਿ ਮੈਂ ਕੁਛ ਸਪਾਈਸੀ ਜਿਹਾ ਖਾਵਾਂ, ਅਤੇ 1 ਕਰੇਵਿੰਗ ਹੋ ਰਹੀ ਹੈ ਕਿ ਮੈਂ ਕੁਛ ਮਿੱਠਾ ਖਾਵਾਂ। ਅਤੇ ਹੁਣ ਦੇਖਦੇ ਕਿਚਨ 'ਚ ਜਾ ਕੇ ਕੁਛ ਹੈਗਾ ਕਿ ਨਹੀਂ ਹੈਗਾ। ਅਗਰ ਨਹੀਂ ਹੋਏਗਾ ਤਾਂ ਫਿਰ ਗੁਰਵਿੰਦਰ ਜੀ ਨੂੰ ਕਹਾਂਗੇ ਪਲੀਜ਼ ਸਾਨੂੰ ਬਾਹਰ ਲੈ ਕੇ ਜਾਓ ਅਤੇ ਕੁਛ ਖਵਾ ਕੇ ਲਿਆਓ। ਐਂਡ ਗਾਈਜ਼, ਦੂਜੀ ਚੀਜ਼ ਇਹ ਕਿ ਅਸੀਂ ਹਰ ਵਾਰੀ ਤੁਹਾਨੂੰ ਕਮਿਟਮੈਂਟ ਕੀਤੀ ਹੈ ਕਿ ਅਸੀਂ ਰੈਗੂਲਰ ਵਲੋਗ ਪਾਵਾਂਗੇ, ਬਟ ਅਸੀਂ ਮਜਬੂਰੀਆਂ ਕਰਕੇ ਨਹੀਂ ਪਾ ਸਕੇ। ਆਈ ਹੋਪ ਤੁਸੀਂ ਉਸ ਚੀਜ਼ ਨੂੰ ਵੀ ਸਮਝ ਸਕਦੇ ਹੋ। ਉਹ ਗਾਈਜ਼, ਹੁਣ ਅਸੀਂ ਤੁਹਾਡੇ ਨਾਲ ਦੁਬਾਰਾ ਤੋਂ ਕਮਿਟਮੈਂਟ ਕਰਦੇ ਹਾਂ ਕਿ ਅਸੀਂ ਰੈਗੂਲਰ ਵਲੋਗ ਪਾਵਾਂਗੇ, ਅਤੇ ਜਿਵੇਂ ਤੁਸੀਂ ਪਹਿਲਾਂ ਪਿਆਰ ਕਰਦੇ ਸੀਗੇ ਵਲੋਗਸ ਨੂੰ, ਉੱਦਾਂ ਹੀ ਤੁਸੀਂ ਹੁਣ ਵੀ ਪਿਆਰ ਕਰਿਓ, ਕਿਉਂਕਿ ਕਈ ਵਾਰੀ ਸਰਕਮਸਟਾਂਸਿਸ ਇੱਦਾਂ ਦੇ ਹੋ ਜਾਂਦੇ ਕਿ ਸਾਡੇ ਤੋਂ ਵਲੋਗ ਨਹੀਂ ਪਾਇਆ ਜਾ ਰਿਹਾ ਸੀਗਾ। ਅਸੀਂ ਸੋਚਦੇ ਸੀਗੇ ਕਿ ਯਾਰ ਵਲੋਗ ਬਣਾਈਏ, ਬਟ ਨਹੀਂ ਬਣ ਪਾ ਰਿਹਾ ਸੀਗਾ। ਸਾਡੇ ਕੋਲ ਕੰਟੈਂਟ ਵੀ ਸੀਗੇ, ਬਟ ਨਹੀਂ ਹੋ ਪਾ ਰਹੀ ਸੀਗੀ ਚੀਜ਼ ਪੋਸੀਬਲ। ਬਟ ਕੋਈ ਗੱਲ ਨਹੀਂ, ਤੁਹਾਡਾ ਸਪੋਰਟ ਹੀ ਸਾਨੂੰ ਬਹੁਤ ਆ। ਤੁਸੀਂ ਸਪੋਰਟ ਕਰੋਗੇ, ਪਿਆਰ ਕਰੋਗੇ, ਆਪਾਂ ਜ਼ਰੂਰ ਪਾਵਾਂਗੇ ਵਲੋਗ। ਅਤੇ ਚਲੋ ਫਿਰ ਚੱਲਦੇ ਹਾਂ ਕਿਚਨ 'ਚ, ਦੇਖਦੇ ਹਾਂ ਕੁਛ ਹੈਗਾ ਕਿ ਨਹੀਂ। ਚਲੋ ਜੀ ਗਾਈਸ, ਦੇਖਦੇ ਕਿਚਨ 'ਚ ਕੁਛ ਪਿਆ ਕਿ ਨਹੀਂ। ਬ੍ਰੈਡ ਪਈ ਹੈ, ਜੈਮ ਪਈ ਹੈ, ਡਸਟਬਿਨ ਵਾਲੇ ਲਿਫਾਫੇ ਪਏ ਨੇ, ਹੁਣੇ ਥੋੜ੍ਹਾ ਖਾਣੇ ਆ। ਇਹਦੇ 'ਚ ਕੀ ਹੈ? ਅਤੇ ਬਦਾਮ ਨੇ। ਫਰਿੱਜ 'ਚ ਦੇਖਦੇ ਹਾਂ, ਪਿਆ ਤਾਂ ਹੈ ਬਟ ਇਹਨਾਂ 'ਚੋਂ ਕੁਛ ਵੀ ਖਾਣ 'ਤੇ ਦਿਲ ਨਹੀਂ ਕਰ ਰਿਹਾ ਮੇਰਾ। ਗਾਈਜ਼, ਬ੍ਰੈਡ ਵੀ ਪਈ ਹੈ, ਫਰੂਟ ਵੀ ਪਿਆ, ਜੈਮ ਵੀ ਪਈ ਹੈ, ਪਰ ਇਹਨਾਂ 'ਚੋਂ ਕੁਛ ਵੀ ਮੇਰਾ ਖਾਣ 'ਤੇ ਦਿਲ ਨਹੀਂ ਕਰ ਰਿਹਾ, ਅਤੇ ਮੈਂ ਹੁਣ ਕੀ ਖਾਵਾਂ? ਮੇਰਾ ਇੱਕ ਤਾਂ ਦਿਲ ਕਰ ਰਿਹਾ ਕਿ ਮੈਨੂੰ ਬਲੈਕ ਕਰੰਟ ਬਾਸਕਿਨ ਦੀ ਆਈਸਕ੍ਰੀਮ ਖਾਣੀ ਹੈ, ਜੋ ਕਿ ਅੱਜ ਕੱਲ੍ਹ ਮੇਰੀ ਬਹੁਤ ਫੇਵਰੇਟ ਹੋ ਰਹੀ ਹੈ, ਉਹ ਮੇਰਾ ਦਿਲ ਕਰ ਰਿਹਾ ਖਾਣ 'ਤੇ। ਅਤੇ ਕੁਛ ਤਿੱਖੇ ਦੇ ਵਿੱਚ ਮੇਰਾ ਖਾਣ 'ਤੇ ਦਿਲ ਕਰ ਰਿਹਾ ਕੁਲਚੇ ਨਿੱਕ ਦੇ, ਪਰ ਦੇਖਦੇ ਖਵਾਊਗਾ ਕਿ ਨਹੀਂ, ਮੂਡ ਹੀ ਬੰਦਾ ਹੈ। ਹਾਂਜੀ, ਹੈਲੋ। ਨਹੀਂ ਹੈਗਾ ਕੁਛ ਵੀ ਕਿਚਨ 'ਚ, ਬ੍ਰੈਡ ਪਈ ਹੈ, ਜੈਮ ਹੈ, ਬਟਰ ਹੈ, ਫਰੂਟ ਵੀ ਹੈ, ਬਟ ਇਹਨਾਂ 'ਚੋਂ ਕੁਛ ਵੀ ਖਾਣ 'ਤੇ ਦਿਲ ਨਹੀਂ ਕਰ ਰਿਹਾ। ਬ੍ਰੈਡ ਹੈ ਨਾ ਜਿਹੜਾ, ਬ੍ਰੈਡ, ਹਾਂ, ਉਹਦੇ ਉੱਪਰ ਲਾਓ ਜੈਮ, ਹਾਂ, ਤੇ ਉਹਦੇ ਉੱਪਰ ਲਾਓ ਬਟਰ, ਓਕੇ, ਖਾਓ, ਤੇ ਉਸ ਤੋਂ ਬਾਅਦ ਫਰੂਟ ਕੱਟੋ ਤੇ ਖਾਓ। ਅੱਛਾ, ਤੇ ਤੁਸੀਂ ਕਿਸ ਲਈ ਹੋ ਹੁਣ? ਤੁਸੀਂ? ਮੈਨੂੰ ਨੀਂਦ ਆਈ, ਰਾਤ ਦੇ ਵੱਜ ਚੁੱਕੇ ਨੇ 1, ਤੇ ਇਸ ਕਰਕੇ ਮੈਨੂੰ ਆਈ ਨੀਂਦ। ਨੀਂਦ ਆ ਰਹੀ ਹੈ ਤੇ ਤੁਸੀਂ ਫੋਨ ਯੂਜ਼ ਕਰਦੇ ਪਏ ਹੋ, ਠੀਕ ਹੈ? ਮੈਨੂੰ ਲੱਗਿਆ ਕਿ ਫੋਨ ਤੇ 5 ਮਿੰਟ ਤੱਕ ਬੰਦ ਕਰ ਦਿੱਤਾ। ਅੱਛਾ, ਪਲੀਜ਼ ਮੈਨੂੰ ਲੈ ਜਾਓ, ਮੇਰਾ ਨਾ ਬਲੈਕ ਕਰੰਟ ਖਾਣ ਦਾ ਦਿਲ ਕਰ ਰਿਹਾ ਹੈ, ਬਾਸਕਿਨ ਦੀ ਔਰ ਨਿੱਕ ਦੇ ਕੁਲਚੇ ਖਵਾਓਗੇ? ਚਲੀਏ, ਫਿਰ ਮੈਂ ਹੁਣ ਤਿਆਰ ਹੋਵਾਂ ਕਿ ਸੋ ਜਾ? ਚਲੋ ਵੇਖਦੇ ਆ, ਦੇਖ ਲਓ ਜੇ ਮੈਂ ਹੁਣ ਭੁੱਖੀ ਰਹੀ ਤੇ ਬੇਬੀ ਵੀ ਭੁੱਖਾ ਰਹੇਗਾ ਜਾਂ ਰਹੇਗੀ, ਹੁਣ ਤੁਸੀਂ ਆਪ ਹਿਸਾਬ ਲਾ ਲਓ। ਚਲੋ ਕੋਈ ਨੀ, ਵੇਖਦੇ ਆ। ਲਓ ਜੀ, ਤੇ 1 ਵੱਜ ਚੁੱਕਿਆ ਹੈ, ਤੇ 1:15 ਹੋ ਗਿਆ ਹੈ, ਤੇ ਹੁਣ ਰਾਤ ਵੇਲੇ ਤੰਗ ਕਰ ਰਹੇ ਹੈ, ਤੰਗ
ਚਲੋ ਜੀ ਗਾਇਸ, ਇਹ ਹੈ ਸਾਡੀ ਸੋਸਾਇਟੀ। ਚਲੀਏ, ਆ ਜਾਓ ਜੀ, ਆ ਜਾਓ। ਚਲੋ ਜੀ, ਹਾਂਜੀ, ਪਗਾ ਲਈ ਆਪਦੀ। ਹਾਂਜੀ, ਤੇ ਗਾਇਸ ਐਕਚੁਅਲੀ ਮੈਂ ਇਹਦੇ ਕਰਕੇ ਖਾਣ ਪੀਣ ਨਹੀਂ ਚੱਲਾ, ਮੈਨੂੰ ਆਪ ਨੂੰ ਭੁੱਖ ਲੱਗੀ ਸੀ, ਮੈਂ ਤਾਂ ਕਰਕੇ ਚੱਲਿਆ। ਚਲੀਏ ਫਿਰ ਆਪਾਂ ਉੱਥੇ। ਹਾਂ, ਤੇ ਗਾਇਸ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਮੈਂ ਗਾਇਸ ਜਿਹੜੇ ਵਲੌਗ ਇੰਨੇ ਲੇਟ ਹੋਏ ਨਾ, ਉਹਦੇ ਚ ਕੁਛ ਰੀਜ਼ਨ ਸੀਗੇ, ਕਿਉਂਕਿ ਮੈਂ ਵੀ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ ਸੀ ਕੰਮਾਂ ਕਾਰਾਂ ਕਰਕੇ, ਅਤੇ ਇਸ ਕਰਕੇ ਜਿਹੜੇ ਵਲੌਗਸ ਲੇਟ ਹੁੰਦੇ ਗਏ ਕਾਫੀ ਟਾਈਮ ਹੋ ਗਿਆ, 2-3 ਮਹੀਨੇ ਹੋ ਗਏ ਵਲੌਗਸ ਅਪਲੋਡ ਕੀਤੇ ਨੂੰ, ਪਰ ਹੁਣ ਆਪਾਂ ਜ਼ਰੂਰ ਟਰਾਈ ਕਰਾਂਗੇ। ਮਤਲਬ ਮੇਰਾ ਕਹਿਣ ਦਾ ਇਹ ਹੈ ਕਿ ਆਪਾਂ ਹੁਣ ਰੈਗੂਲਰ ਵਲੌਗਸ ਲੈ ਕੇ ਆਵਾਂਗੇ। ਤੁਸੀਂ ਵੀ ਆਪਣੇ ਵਲੌਗਸ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਦੇਣਾ ਅਤੇ ਗਾਇਸ, ਅਤੇ ਫਿਰ ਆਪਾਂ ਹੁਣ ਚੱਲਦੇ ਹਾਂ, ਜਿੱਥੇ ਜਾਣਾ ਹੈ ਉੱਥੇ ਜਾ ਕੇ ਮਿਲਦੇ ਹਾਂ ਅਤੇ ਖਾਂਦੇ ਪੀਂਦੇ ਹਾਂ। ਚਲੀਏ ਜੀ। ਚਲੋ ਜੀ, ਲਓ ਜੀ ਗਾਇਸ, ਤੇ ਆਏ ਆ ਆਪਾਂ 71 ਸੈਕਟਰ, 71 ਹੀ ਹੈ ਸ਼ਾਇਦ, ਸੋਹਾਣਾ ਸਾਹਿਬ ਦੇ ਸਾਹਮਣੇ ਮਾਰਕੀਟ ਬਣੀ ਹੈ, ਅਤੇ ਉੱਧਰੋਂ ਹੋਮਲੈਂਡ ਦੇ ਸਾਹਮਣੇ ਇੱਥੇ ਕਹਿੰਦੇ ਉਹ ਬੰਦ ਕੀਤੀ ਬੈਠੇ ਆ। ਖੋਲ ਦਿਓ। ਲਓ ਜੀ ਗਾਇਸ, ਅਤੇ ਮਾਰਕੀਟ 'ਤੇ ਤੁਮਾਰ ਯਾਰ ਇਹ ਤਾਂ ਬੰਦ ਹੋ ਗਈ ਹੈ ਇਸ ਟਾਈਮ, ਹੁਣ ਤਾਂ ਤੈਨੂੰ ਖੁੱਲੀ ਹੁੰਦੀ ਹੈ, ਪਰ ਮੇਰੇ ਹਿਸਾਬ ਨਾਲ ਕੁਛ ਕੁਛ ਸ਼ੋਪਸ ਖੁੱਲੀਆਂ ਹੁੰਦੀਆਂ, ਕੁਛ ਕੁਛ ਬੰਦ ਹੋ ਜਾਂਦੀ। ਬਹੁਤ ਸੋਹਣੀ ਮਾਰਕੀਟ ਬਣਾਈ ਹੈ ਬਾਬੇ, ਬਹੁਤ ਸੋਹਣੀ, ਇੱਦਾਂ ਕਰਕੇ ਇਹਦੇ ਵਿੱਚ ਗੇੜੀ ਵੀ ਲੱਗਦੀ ਹੈ। ਹਾਂ, ਪਾਸੇ ਹੋ ਜਾ ਪਾਸੇ, ਆਹ ਖੁੱਲੀਆਂ ਹੁੰਦੀਆਂ ਜਿਹੜੇ ਇਹਦੇ ਫਰੰਟ 'ਤੇ ਵੀ ਸ਼ੋਪਸ ਚਾਹੀਦੇ। ਦੇਖੋ ਨਾਲ ਕਿੱਡਾ ਸੋਹਣਾ ਗੇੜੀ ਰੂਟ ਬਣਿਆ ਪੂਰਾ। ਆਹ ਖੁੱਲੀਆਂ, ਕੁਛ ਕੁ ਖੁੱਲੀਆਂ, ਕੁਛ ਕੁ ਬੰਦ ਆ, ਸਾਰੇ ਇੱਦਾਂ ਸਟੋਰ ਬਣੇ ਹੋਏ ਆ ਛੋਟੇ ਛੋਟੇ। ਆਈਸਕ੍ਰੀਮ ਵਾਲਾ ਸਟੋਰ ਦੇਖੋ, ਬਹੁਤ ਸੋਹਣੇ ਬੂਥ ਬਣੇ ਹੋਏ ਆ। ਹੁਣ ਤੁਸੀਂ ਕੀ ਖਾਣਾ? ਆਈਸਕ੍ਰੀਮ? ਬਸ ਕਿ ਮੈਨੂੰ ਤਾਂ ਭੁੱਖ ਲੱਗ ਰਹੀ ਹੈ। ਪੰਜਾਬੀ ਚਾਏ ਚੂਰੀ ਵੀ ਆ ਇੱਥੇ। ਲਓ ਜੀ, ਤੇ ਗਾਇਸ ਗੱਡੀ ਇੱਥੇ ਕਿਤੇ ਆਪਾਂ ਪਾਰਕ ਕਰ ਦਿੰਦੇ ਹਾਂ ਬਾਹਰ, ਗੱਡੀ ਪਾਰਕ ਕਰਕੇ ਤੇ ਫਿਰ ਆਪਾਂ ਨੇ ਪਾਰਕ ਕਰੋ ਨਾ ਉਸ ਸਾਈਡ ਕੀ ਇਸ ਸਾਈਡ ਜਿੱਧਰ ਮਰਜ਼ੀ ਕਰ ਦਿੰਦੇ ਆ, ਇਧਰ ਕਰ ਦਿੰਦੇ ਆ ਪਾਰਕ ਕਰਕੇ ਤੇ ਫਿਰ ਆਉਂਦੇ ਆ ਆਪਾਂ ਖਾਣੇ ਤੇ। ਹਾਂਜੀ, ਕੈਸੇ ਹੋ? ਆਲ ਇਜ਼ ਵੈਲ, ਠੀਕ ਹੋ? ਹਾਂਜੀ ਗਗਨ ਜੀ, ਕੈਸੇ ਹੋ? ਕਿੱਥੇ ਕਰਦੇ ਹੋ ਅੱਧੀ ਰਾਤ ਨੂੰ? ਬਸ ਐਵੇਂ ਆ ਗਏ, ਮੈਂ ਕਿਹਾ ਖਾ ਪੀ ਜਾਈਏ ਕੁਛ, ਆਈਸਕ੍ਰੀਮ ਖਾਣੀ ਯਾਰ, ਆਈਸਕ੍ਰੀਮ ਖਾਣ ਤੇ ਦੇਲੇ। ਓਹ ਆ ਰਿਹਾ ਬੀਆਰ, ਨਹੀਂ ਵੇਖ ਰਹੇ ਬੀਆਰ ਵੱਡਾ ਸਾਰਾ ਆ ਵਾਲਾ, ਇੱਥੇ ਜਾਣਾ। ਚਲੀਏ ਖਾਣੀ ਹੈ। ਕਿਹੜਾ ਬ੍ਰਾਂਡ ਆ? ਹੈਂ ਕਿਹੜਾ ਬ੍ਰਾਂਡ ਆ? ਬਿਨਾ ਪੜੇ ਦੱਸੀ। ਬਾਸਕਿਨ ਰੋਬਿਨਸ। ਕੀ ਆ ਦਾ ਸਪੈਲਿੰਗ ਬੋਲੀ ਉਧਰ? ਬੜਾ ਬੀ ਏ ਐਸ ਕੇ ਆਈ ਐਨ ਆਰ ਓ ਡਬਲ ਬੀ ਆਈ ਐਨ ਐਸ। ਨਹੀਂ ਨਹੀਂ, ਇੱਕ ਸਪੈਲਿੰਗ ਮਿਸ ਆ, ਆਈ ਮਿਸ ਆ। ਨਾ 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 ਨਾ, ਬਿਲਕੁਲ ਸਹੀ ਬੋਲੇ, ਬਿਲਕੁਲ ਸਹੀ ਬ੍ਰੋ। ਵਿੱਚ ਡਾਟ ਡਾਟ ਵੀ ਹੈ, ਉਹ ਤਾਂ ਲਾਈ ਨਹੀਂ। ਲੈ ਲੈ ਡਾਟ ਡਾਟ ਵੀ। ਯਾਰ ਇਹ ਬੰਦ ਕਿਉਂ ਨੇ ਅੱਜ? ਅੱਗੇ ਤਾਂ ਉਦੋਂ ਮੈਂ ਰਾਤ ਨੂੰ ਖੁੱਲੇ ਸੀ, ਮੈਂ ਆ ਗਿਆ ਨਾ ਤਾਂ ਕਰਕੇ ਬੰਦ ਆ। ਤੂੰ ਐ ਤਾਂ ਬੰਦ ਹੈਗੇ,
ਚਲੋ ਫਿਰ ਖਾਈਏ ਆਈਸਕ੍ਰੀਮ ਤੇ ਚੱਲ ਸੀਸੀਟੀਵੀ ਦੇਖੋ ਯਾਰ ਇੱਥੇ ਓਏ ਇੱਥੇ ਪੈਂਦ ਰਾਤ ਨੂੰ ਵੀ ਪੂਰੀਆਂ ਗੇੜੀਆਂ ਵੱਜਦੀਆਂ ਨਾ ਪੂਰਾ ਰਾਤ ਨੂੰ ਮੌਲ ਆ ਇੱਥੇ ਆਓ ਵੀ ਜਿਹਨੇ ਆਉਣਾ ਆ ਕੇ ਘੁੰਮੋ ਫਿਰੇ ਇੱਥੇ ਪੂਰਾ ਫਨ ਹੁੰਦਾ ਇਸ ਟਾਈਮ ਚੰਡੀਗੜ੍ਹ ਦੀ ਸਭ ਤੋਂ ਜ਼ਿਆਦਾ ਰੌਣਕ ਇੱਥੇ ਲੱਗਦੀ ਰਾਤ ਨੂੰ ਚਲੋ ਅੜਗੀ ਅੜਗੀ ਕਰਾਰੀ ਅੜਗੀ ਲੈ ਸੌਖਾ ਹੀ ਮੰਨ ਗਏ ਵੈਰੀ ਗੁੱਡ ਮਾਰੋ ਗੇੜੀਆਂ ਵਾਓ ਨਾਈਸ ਗੇੜੀ ਚਲੋ ਜੀ ਕੀ ਖਾਓਗੇ ਕੌਨ ਸੀ ਖਾਣੀ ਹੈ ਪਰ ਪਹਿਲੇ ਟੇਸਟ ਕਰਨੀ ਹੈ ਇੱਕ ਦੋ ਤਿੰਨ ਠੀਕ ਹੈ ਠੀਕ ਹੈ ਚਲੋ ਜੀ ਕਦਾਈ ਖਾ ਕੇ ਲੰਘ ਜਾਂਦੇ ਆ ਦੇ ਦੋ ਬਈ ਆਹ ਵਾਲੀ ਬਲੈਕ ਕਰੰਟ ਸਿੰਗਲ ਸਕੂਪ ਫੱਗੂ ਆਹ ਤੇਰੀ ਏ ਆਹ ਮੇਰੀ ਏ ਆਹ ਥੋੜੀ ਜ਼ਿਆਦਾ ਜ਼ਿਆਦਾ ਵਾਲੀ ਮੇਰੀ ਕੱਟ ਲਈ ਤੇਰੀ ਠੀਕ ਹੈ ਇੱਧਰ ਤੁਹਾਡੀ ਬੈਸਟ ਸੇਲ ਵਾਲੀ ਕਿਹੜੀ ਆ ਦੱਸੋ ਬੈਸਟ ਸੇਲ ਵਾਲੀ ਕੌਣ ਸੀ ਹੈ ਲੋਟਸ ਵਿਸਕੋਵਾ ਮਿਸਿਸ ਉਂਗਲ ਲਾ ਕੇ ਵਿਖਾ ਐਵੇਂ ਨਹੀਂ ਪਤਾ ਲੱਗਣਾ ਅਸੀਂ ਉਹ ਲੈ ਲਈ ਫਲਾਈ ਚੁੱਪ ਕਰਾਂਗੇ ਡਿਸਪੋਜ਼ੇਬਲ ਚ ਨਹੀਂ ਚਾਹੀਦੀ ਸਾਨੂੰ ਲੈ ਪੈਸੇ ਕੱਟਾਂਗੇ ਪੈਸੇ ਕੱਟਾਂਗੇ ਫਿਰ ਮਜ਼ਾਕ ਕਰ ਰਹੇ ਤੁਹਾਨੂੰ ਆਹ ਦੱਸੀ ਆ ਕਿਹੜੀ ਆਹ ਨਾਮ ਲਿਖੇ ਜਿਹੜਾ ਡੱਬੇ ਸਾਹਮਣੇ ਆਉਣਾ ਕੈਂਡੀ ਉਹ ਕਾਟਨ ਦਾ ਨਰਮਾ ਹੁੰਦਾ ਫਿਰ ਨਰਮੇ ਵਾਲੀ ਕਿਹੜੀ ਆ ਤੁਹਾਡੀ ਚਲੋ ਜੀ ਯਾਰ ਉਹ ਕਿੱਥੇ ਗਿਆ ਆ ਬਾਬੇ ਇਹਨਾਂ ਦੀ ਬਰਿਆਨੀ ਇੰਨੀ ਸਵਾਦ ਹੁੰਦੀ ਨਾ ਇੰਨੀ ਸਵਾਦ ਹੁੰਦੀ ਨਾ ਯਾਰ ਬਰਿਆਨੀ ਇਹਨਾਂ ਦੀ ਰੋਲ ਨਾ ਖਾ ਲਿਓ ਐਡਾ ਗੰਦਾ ਹੁੰਦਾ ਨਾ ਓਏ ਤੂੰ ਕਹੀ ਜਾਂਦਾ ਸੀ ਇਹਨਾਂ ਦਾ ਰੋਲ ਹੀ ਬੜਾ ਸਵਾਦ ਹੈ ਮੈਨੂੰ ਕਹਿੰਦਾ ਰੋਲ ਖਾ ਕੇ ਵੇਖੀ ਉੱਥੋਂ ਦਾ ਰੋਲ ਬੜਾ ਸਵਾਦ ਹੈ ਪਰ ਬਾਬੇ ਅਸੀਂ ਬਰਿਆਨੀ ਵੈਜ ਬਰਿਆਨੀ ਖਾਧੀ ਉਹਦੇ ਨੇ ਇੰਨੀ ਸਵਾਦ ਸੀ ਨਾ ਮੈਂ ਕਹਿੰਦਾ ਛੱਡੀ ਗੱਲਾਂ ਦੇ ਚਿਕਨ ਵੀ ਸਿਰਾ ਮਟਨ ਵੀ ਸਿਰਾ ਵਾਹ ਫਿਰ ਰੋਲ ਨਹੀਂ ਵਧੀਆ ਅਗਲੀ ਦੀ ਮਟਨ ਖਾਣਾ ਆਪਾਂ ਯਾਦ ਰੱਖੀਏ ਤਾਂ ਠੀਕ ਹੈ
ਉਹਨੇ ਵੇਖੀ ਮੂੰਹ ਬਣਾਇਆ ਮਟਨ ਤੋਂ ਖਤਮ ਕਰੋ ਲੈ ਆ ਚੂਰੀ ਖਵਾ ਲੈਣੇ ਦੱਸ ਕੀ ਖਾਣਾ ਚੂਰੀ ਦੱਸੀ ਜਾਣਾ ਕੀ ਕੀ ਹੈ ਚੂਰੀ ਅੱਗੇ ਆ ਗਈ ਸਵੀਟ ਆ ਗਿਆ ਮੰਮੀ ਆ ਗਿਆ ਮੰਮੀ ਇਨ ਐਨ ਇਨਕ੍ਰੈਡੀਬਲ ਬੋਨ ਆ ਗਿਆ ਸਵੀਟ ਟਾਕ ਇਨਕ੍ਰੈਡੀਬਲ ਬੋਨ ਇਨਵਿਨਸੀਬਲ ਲਿਖਿਆ ਹੋਇਆ ਜੋ ਮੈਨੂੰ ਪੜਨਾ ਆਇਆ ਮੈਂ ਪੜਦਾ ਕੈਨੇਡੀਅਨ ਪੀਜ਼ਾ ਕੈਨੇਡਾ ਤੋਂ ਪੀਜ਼ਾ ਆਇਆ ਖਾਣਾ ਯਾਰ ਇਹ ਪੀਜ਼ਾ ਖਾ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਮੈਨੂੰ ਭੁੱਖ ਲੱਗੀ ਲਿਆਂਦੇ ਚਲੋ ਜੀ ਆ ਲੈ ਸੂਟ ਲੈ ਲਾ ਸੂਟਾਂ ਦੀ ਸ਼ੋਪ ਵਿਕੀ ਤੋੜ ਕੇ ਬੜੀ ਜਾਂਦਾ ਸੂਟ ਲੈ ਲਈਏ ਹਾਂ ਲੈ ਚਲੋ ਜੀ ਦੱਸੋ ਖਾਣਾ ਕੁਛ ਪੀਜ਼ਾ ਖਾਈਏ ਚਲੋ ਚਲੋ ਫਿਰ ਖਾਈਏ ਚਲੋ ਫਿਰ ਜੇ ਰਾਤ ਨੂੰ ਮੈਨੂੰ ਕਿਹਾ ਨਾ ਮੇਰਾ ਢਿੱਡ ਦਰਦ ਹੁੰਦਾ ਇਹ ਹੁੰਦਾ ਉਹ ਹੁੰਦਾ ਤੇ ਸਾਹ ਲਾ ਲਈ ਆਪਦਾ ਤੁਹਾਡਾ ਇਹੀ ਡਾਇਲੋਗ ਪਹਿਲਾਂ ਹੁੰਦਾ ਸੀਗਾ ਇਹੀ ਡਾਇਲੋਗ ਹੁਣ ਵੀ ਹੈਗਾ ਇਹੀ ਡਾਇਲੋਗ ਰਹਿਣਾ ਇਹੀ ਡਾਇਲੋਗ ਰਹਿਣਾ ਮੇਰਾ ਸਾਰੀ ਜ਼ਿੰਦਗੀ ਠੀਕ ਹੈ ਨਾ ਇਹ ਤਾਂ ਬੰਦ ਹੈ ਹੁਣ ਚਲੀਏ ਹੁਣ ਆਪਾਂ ਓ ਬਾਊ ਚਲੀਏ ਘਰੇ ਹੁਣ ਚਲੀਏ ਆਪਾਂ ਘਰੇ ਵਾਪਸ ਹਾਂਜੀ ਕਿਵੇਂ ਤੁਸੀਂ ਵੀ ਚੱਲੇ ਹੋ ਚਲੋ ਫਿਰ ਓਕੇ ਬਾਏ ਟਾਟਾ ਗੁੱਡ ਨਾਈਟ ਮਿਲਦੇ ਆ ਸਵੇਰੇ ਓਕੇ ਓਕੇ ਆ ਜਾਓ ਤੁਸੀਂ ਇੱਥੇ ਖੜੇ ਅੱਛਾ ਆਪਣੀ ਗੱਡੀ ਇੱਥੇ ਖੜੀ ਹੈ ਓਕੇ 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 ਭੁੱਲ ਗਿਆ ਥਾ ਮੈਂ ਕਿ ਮਾਰੀ ਗਾੜੀ ਯਹਾਂ ਪੇ ਖੜੀ ਹੈ ਚਲੋ ਜੀ